ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਡੀਂਗਰਾ ਔਰ ਸ਼ਹੀਦ ਮੇਵਾ ਸਿੰਘ ਲੋਪੋਕੇ। ਔਰ ਅੱਜ ਦੀ ਜਵਾਨੀ ਦੀ ਗੱਲ ਕਰਦਾ ਪਿਆ ਹੈ, ਅੱਜ ਦੀ ਜਵਾਨੀ ਦੀ ਗੱਲ ਇਹ ਹੈ ਕਿ ਅੱਜ ਦੀ ਜਵਾਨੀ ਪੰਜਾਬ ਦੇ ਵਿੱਚ ਵਗ ਰਹੇ ਛੇਵੇਂ ਦਰਿਆ ਦੇ ਵਿੱਚ ਤਿਨਕੇ ਦੀ ਤਰ੍ਹਾਂ ਵਹਿੰਦੀ ਜਾ ਰਹੀ ਹੈ। ਸੋ ਉਹ ਜਵਾਨੀ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਿਹਾ ਹਾਂ ਇੱਕ ਛੋਟੀ ਜਿਹੀ ਐਕਟਿੰਗ ਦੇ ਰਾਹੀਂ, ਜਿਸਦਾ ਨਾਮ ਹੈ ਨਸ਼ਿਆ ਤੇਰੀ ਇਹੋ ਕਹਾਣੀ। ਇਹ ਗੱਲ ਸੋਚਣ ਦੀ ਹੈ, ਇਹ ਗੱਲ ਹੱਸਣ ਦੀ ਨਹੀਂ। ਇਹ ਪੰਜਾਬ ਦਾ ਭਵਿੱਖ ਸਾਡੇ ਨੌਜਵਾਨ ਦੇ ਹੱਥਾਂ ਦੇ ਵਿੱਚ ਹੈ, ਪਰ ਜੇ ਨੌਜਵਾਨ ਹੀ ਨਾ ਰਿਹਾ ਤਾਂ ਪੰਜਾਬ ਦਾ ਵੀ ਨਾਮੋ ਨਿਸ਼ਾਨ ਮਿਟ ਜਾਏਗਾ। ਸੋ ਪੇਸ਼ ਹੈ ਇੱਕ ਨੌਜਵਾਨ ਦੀ ਕਹਾਣੀ, ਇੱਕ ਪੰਜਾਬੀ ਦੀ ਕਹਾਣੀ। ਮੈਨੂੰ ਕੋਈ ਨਸ਼ਾ ਦੇ ਦਿਓ, ਮੈਨੂੰ ਮੈਨੂੰ ਕੋਈ ਨਸ਼ਾ ਦੇ ਦਿਓ। ਮੇਰੇ ਯਾਰ ਕਿੱਥੇ ਆ ਮੇਰੇ ਯਾਰ, ਜਿਹੜੇ ਮੈਨੂੰ ਕਾਲਜ ਵਿੱਚ ਕਹਿੰਦੇ ਸੀ ਜੀਤੂ ਜੀਤੂ ਅਸੀਂ ਤੇਰੇ ਨਾਲ ਹਾਂ, ਅਸੀਂ ਤੇਰੇ ਨਾਲ ਹਾਂ ਜੀਤੂ, ਅੱਜ ਮੈਨੂੰ ਕੋਈ ਨਹੀਂ ਦਿਸਦਾ, ਮੇਰੇ ਹੱਥ ਕੰਬ ਰਹੇ ਨੇ, ਮੇਰੇ ਹੱਥ ਕੰਬ ਰਹੇ ਨੇ, ਮੇਰੇ ਸਰਾਰੇ ਮੇਰੇ ਸਾਰੇ ਸਰੀਰ ਦੇ ਵਿੱਚ ਕੀੜੀਆਂ ਚੱਲ ਰਹੀਆਂ ਨੇ, ਮੈਂ ਦਿਨੋ ਦਿਨ ਮੁੱਕਦਾ ਜਾ ਰਿਹਾ ਹਾਂ, ਮੈਂ ਆਪਣੇ ਘਰ ਵਾਲਿਆਂ ਦੀ ਇੱਕ ਗੱਲ ਨਹੀਂ ਬੋਲੀ। ਮੈਨੂੰ ਕਹਿੰਦੇ ਸੀ ਪੁੱਤ ਗਲਤ ਰਾਏ ਨਾ ਪੈ ਜਾਈ, ਮਾਂ ਰੋਜ਼ ਕਹਿੰਦੀ, ਬਾਪੂ ਰੋਜ਼ ਝਿੜਕਦਾ, ਪਰ ਮੈਂ ਉਹਨਾਂ ਦੀ ਇੱਕ ਨਹੀਂ ਮੰਨੀ। ਮੈਂ ਆਪਣੇ ਦੋਸਤਾਂ ਦੇ ਨਾਲ ਰੋਜ਼ ਨਸ਼ਾ ਕਰਦਾ ਰਿਹਾ, ਅੱਜ ਮੇਰੀ ਹਾਲਤ ਵੇਖੋ, ਮੇਰੇ ਚੋਂ ਤਾਂ ਖੂਨ ਹੀ ਮੁੱਕ ਗਿਆ ਹੈ। ਮੈਂ ਕੋਈ ਨਸ਼ਾ ਵੇਖਾਂ, ਸ਼ਾਇਦ ਮੇਰੀ ਜੇਬ ਚੋਂ ਵੇਖੋ ਹੀ, ਮੈਂ ਵੇਖਦਾ। ਇਹ ਤਾਂ ਗੱਲ ਹੀ ਹੈ, ਉਹ ਮੇਰੀ ਤੇ ਪੰਨੀ ਦੀ ਗੱਲ ਹੋ ਗਈ। ਟੀਕਾ ਲਾ ਕੇ ਵੇਖਦਾ, ਠੀਕ ਉਹ ਮੇਰੀਆਂ ਤੇ ਨਾੜਾ ਨਹੀਂ ਦੇ ਰਿਹਾ, ਹੁਣ ਮੈਂ ਕੀ ਕਰਾਂ, ਗੋਲੀਆਂ ਦਾ ਪੱਤਾ ਕੱਢਦਾ, ਗੋਲੀਆਂ ਦੀ ਗੱਲ ਹੀ, ਮੈਂ ਕੀ ਕਰਾਂ। ਹਾਂ ਜਰਦਾ ਜਰਦੇ ਵਾਲੀ ਬੁੜੀ ਦੀ ਗੱਲ ਹੀ, ਮੈਂ ਮਰ ਰਿਹਾ ਹੈ, ਮੇਰਾ ਸਾਹ ਸੁੱਕਦਾ ਜਾ ਰਿਹਾ ਹੈ। ਮਾਂ ਮੈਨੂੰ ਕਹਿੰਦੀ ਸੀ ਪੁੱਤਰਾ ਘਰ ਮੁੜਾ ਵੀ, ਪਰ ਲੱਗਦਾ ਆ ਮਾਂ ਤੈਨੂੰ ਵੇਖੇ ਤੋਂ ਬਗੈਰ ਹੀ ਉੱਡ ਜਾਣਾ ਬੜਾ ਤੇਰੇ ਪੁੱਤ ਨੂੰ, ਕਿਉਂਕਿ ਮੇਰੇ ਕੋਲ ਘਰ ਮੁੜਨ ਜੋਗੇ ਸਾਹ ਨਹੀਂ, ਮੇਰਾ ਸਾਹ ਸੁੱਕਦਾ ਜਾ ਰਿਹਾ, ਮੈਂ ਰੰਗ ਭਰ ਸੌਂਦੇ ਜਾ ਰਿਹਾ, ਮੈਨੂੰ ਕੁਛ ਹੋ ਰਿਹਾ ਹੈ। ਮਾਂ ਮੇਰੇ ਵੀਰੋ ਕੋਈ ਨਸ਼ੇ ਵਰਗੀ ਲਾਣੇ ਤੇ ਨਾ ਲਾ ਲਿਓ, ਮੇਰੇ ਵਰਗੇ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਨਸ਼ੇ ਦੀ ਬਲੀ ਚੜ੍ਹਦੇ ਨੇ, ਤੇ ਉਹ ਮਾਵਾਂ ਰੋਜ਼ ਕੀਰਨੇ ਪਾਉਂਦੀਆਂ ਨੇ ਜਿਨ੍ਹਾਂ ਦੇ ਪੁੱਤ ਚਲੇ ਗਏ। ਮਾਂ ਮੈਨੂੰ ਮਾਫ਼ ਕਰੀ, ਮਾਂ ਮੈਂ ਤੇਰੇ ਕੋਲ ਨਹੀਂ ਆ ਸਕਦਾ, ਮੈਂ ਹੁਣ ਜਾ ਰਿਹਾ ਮਾਂ। ਮਾਂ ਮਾਂ ਪੰਜਾਬ ਕੋਈ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ, ਲੱਗੀ ਨਜ਼ਰ ਪੰਜਾਬ ਨੂੰ ਕੋਈ ਨਜ਼ਰ ਉਤਾਰੋ, ਕੋਈ ਨਜ਼ਰ ਉਤਾਰੋ, ਕੋਈ ਨਜ਼ਰ ਉਤਾਰੋ। ਇਹ ਗੱਲ ਕੋਈ ਕਮੇਡੀ ਦੀ ਨਹੀਂ ਹੈ, ਇਹ ਸੋਚਣ ਦੀ ਗੱਲ ਹੈ। ਗੌਰ ਕਰਿਓ, ਨਸ਼ੇ ਵਰਗੀ ਲਾਣਤ ਨੂੰ ਕਦੀ ਵੀ ਜ਼ਿੰਦਗੀ ਨੇੜੇ ਨਾ ਆਉਂਦੇ ਹੋ। ਨਸ਼ਾ ਕਰਨਾ ਹੈ ਤਾਂ ਦੇਸ਼ ਭਗਤੀ ਦਾ ਕਰੋ, ਨਸ਼ਾ ਕਰਨਾ ਤਾਂ ਮਾਂ ਪਿਓ ਦੀ ਸੇਵਾ ਦੇ ਕਰੋ, ਨਸ਼ਾ ਕਰਨਾ ਹੈ ਤਾਂ ਕੁਝ ਬਣਨ ਦਾ ਕਰੋ। ਧੰਨਵਾਦ ਕਰਦਾ ਹੈ, ਥੈਂਕ ਯੂ।